ਤੇ ਹੁਣ ਗੱਲ ਕਰਾਂਗੇ ਗੀਤਕਾਰੀ ਤੋਂ ਸਿਆਸੀ ਮੈਦਾਨ ਦੇ ਵਿੱਚ ਉਤਰੇ ਸਿੱਧੂ ਮੂਸੇਵਾਲਾ ਹੋਰਾਂ ਦੀ ਕੀਕੋਜੋਨਾ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਹਾਂ ਹਾਂ ਜੀ ਸਿਰ ਸਾਹਿਬ ਕਾਫੀ ਲੰਬਾ ਸਮਾਂ ਹੋ ਗਿਆ ਪ੍ਰਚਾਰ ਵਰਗਾ ਕਰਦਿਆਂ ਨੂੰ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਹਾਲਾਤ ਹੈ ਜੀ ਪੂਰੀ ਟੱਕਰ ਚੱਲ ਰਹੀ ਹੈ ਤੇ ਬਹੁਤ ਵਧੀਆ ਜਿੱਤਾਂਗੇ ਜੀ ਸਿੱਧੂ ਬੂਥਾਂ ਤੇ ਚੱਕਰ ਲਾ ਕੇ ਆਏ ਹਾਂ ਬੂਥਾਂ ਤੇ ਬੂਥ ਲੱਗੂਗੀ ਆਪਾਂ ਤਾਂ ਦੇਖੋ ਜੀ ਸਾਡਾ ਕੰਮ ਹੈ ਮਿਹਨਤ ਕਰਨਾ ਸਲੂਬਾਨੇ ਆਪਕ ਇਹਨੇ ਗਾਣੇ ਐਂਟਰਟੇਨਮੈਂਟ ਵਾਸਤੇ ਕਰਦਾ ਪਰ ਸਦਾ ਸੀ ਮਿਹਨਤ ਲਾ ਰਿਹਾ ਤੇ ਅਸੀਂ ਜਿੱਤਾਂਗੇ ਮਾਸ਼ਾਅੱਲਾ ਸਾਰਾ ਮਾਨਸਾ ਜਿੱਤੂਗਾ ਅੱਛਾ ਸਿੱਧੂ ਸਾਹਿਬ 33% ਵੋਟ ਫੋਲਿੰਗ ਹੋਈ ਹੈ ਨੌਜਵਾਨਾਂ ਨੂੰ ਅਪੀਲ ਕਰੋ ਕਿ ਵੱਧ ਤੋਂ ਵੱਧ ਜਿਹੜਾ ਮਸਲ ਭਾਈ ਆਪਣੇ ਆਉਣ ਵਾਲੇ ਕੱਲ ਦੀ ਗੱਲ ਹੈ ਮਾਨਸਾ ਦੇ ਕੱਲ ਦੀ ਗੱਲ ਹੈ ਸੋ ਸਾਰੇ ਜਣੇ ਭਾਈ ਵੋਟਾਂ ਪਾ ਕੇ ਆਓ ਜ਼ਰੂਰੀ ਹੈ ਸਿੱਧੂ ਮੂਸੇਵਾਲਾ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਨੇ ਦਾਵਾ ਲਗਾਤਾਰ ਉਹ ਵੀ ਵੱਡਾ ਕਰ ਰਹੇ ਆ ਕਿ ਮਾਂਸੇ ਦੇ ਵਿੱਚ ਇਸ ਵਾਰੀ ਵੱਡਾ ਬਦਲਾਅ ਹੋਊਗਾ ਵੋਟ ਪਾਉਣ ਲਈ ਪਹੁੰਚੇ ਤੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿੰਦੇ ਕਿ ਮਾਂਸੇ ਦੇ ਲੋਕਾਂ ਦੇ ਲੰਬੇ ਸਮੇਂ ਤੋਂ ਪਿੱਛੇ ਰਹਿਣ ਕਰਕੇ ਸਿਆਸਤ ਦੇ ਵਿੱਚ ਆਉਣਾ ਕਾਰਨ ਬਣਿਆ ਸਬਬ ਬਣਿਆ ਔਰ ਸਿੱਧੂ ਮੂਸੇਵਾਲਾ ਆਪਣੀ ਵੋਟ ਪਾਉਣ ਤੋਂ ਬਾਅਦ ਇਸ ਗੱਲ ਦੇ ਆਸਵੰਦ ਹੁੰਦੇ ਹੋਏ ਕਿ ਜਿੱਤਣਗੇ ਜਿੱਤ ਦੇ ਨੇੜਿਆਂ ਔਰ ਸਾਡਾ ਕੰਮ ਹੈ ਕਿ ਕਰਮ ਕਰਨਾ ਬਾਕੀ ਲੋਕਾਂ ਨੇ ਫਤਵਾ ਦੇਣਾ ਔਰ ਫਰਵਰੀ ਦੇ ਵਿੱਚ ਦਿੱਤਾ ਲੋਕਾਂ ਦਾ ਫਤਵਾ ਮਾਰਚ ਦੇ ਵਿੱਚ ਸਾਹਮਣੇ ਆਏਗਾ ਕਿ ਆਖਿਰ ਕੌਣ ਕਿੰਨੇ ਮਾਰਜਨ ਨਾਲ ਜਿੱਤਦਾ ਹੈ ਕੌਣ ਨੈਕ ਟੂ ਨੈਕ ਫਾਈਟ ਦੇ ਵਿੱਚ ਪਿੱਛੇ ਰਹਿ ਜਾਂਦਾ ਸੋ ਅੱਜ ਵੀ ਜਦੋਂ ਸ਼ਾਮ ਤੱਕ ਇਹ ਅੰਕੜੇ ਸਾਹਮਣੇ ਆਉਣਗੇ ਕਿ ਕਿੰਨੇ ਫੀਸਡ ਵੋਟ ਹੁੰਦੀ ਹੈ ਉਹ ਤਾਂ ਵੀ ਕਾਫੀ ਤਸਵੀਰ ਸਾਫ਼ ਹੋਵੇਗੀ ਹਾਲਾਂਕਿ ਪੂਰਨ ਪੁਸ਼ਟੀ 10 ਮਾਰਚ ਨੂੰ ਬਿਲਕੁਲ ਤਸਵੀਰਾਂ ਲਗਾਤਾਰ ਦਰਸ਼ਕ ਆਪਣੀ ਟੀਵੀ ਸਕਰੀਨ ਤੇ ਦੇਖ ਪਾ ਰਹੇ ਨੇ ਅਮੂਮਨ ਜਦੋਂ ਸਿੱਧੂ ਮੂਸੇਵਾਲਾ ਨੂੰ ਦੇਖਿਆ ਕਦੇ ਅਖਾੜਾ ਲਾਉਂਦੇ ਆ ਉਹਨਾਂ ਨੂੰ ਵੇਖਿਆ ਕਦੇ ਉਹਨਾਂ ਨੂੰ ਗੀਤ ਰਿਕਾਰਡ ਕਰਦੇ ਆ ਵੇਖਿਆ ਕਦੇ ਲਿਖਦੇ ਆ ਵੇਖਿਆ ਤੇ ਅੱਜ ਪੰਜਾਬ ਦੇ 5 ਸਾਲਾਂ ਦੇ ਭਵਿੱਖ ਨੂੰ ਲਿਖਣ ਦੇ ਲਈ ਆਪਣਾ ਵੋਟ ਕਾਸਟ ਕਰਦੇ ਆ ਵੀ ਸਿੱਧੂ ਮੂਸੇਵਾਲੇ ਦੀ ਇਹ ਤਸਵੀਰ